ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਜਿਹੜਾ ਮੇਨ ਮੁੱਦਾ ਜਿਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਸੀਗੀ, ਬੀਜੇਪੀ ਦੇ ਵਿੱਚ ਸ਼ਾਮਿਲ ਜਿਹੜੇ ਸਾਥੀ ਅੱਜ ਹੋਏ ਹੈ, ਫਾਜ਼ਿਲਕਾ ਤੋਂ ਕਾਂਗਰਸ ਦੇ ਦੋ ਟਰਮਸ ਪਹਿਲਾਂ ਜਦੋਂ ਮੇਰੇ ਕੋਲ ਕਾਂਗਰਸ ਦੀ ਪ੍ਰਧਾਨਗੀ ਸੀ ਉਦੋਂ ਵੀ ਰੰਜਮ ਕਾਮਰਾ ਜੀ ਪ੍ਰਧਾਨ ਸੀਗੇ, ਬਾਅਦ 'ਚ ਨਵਜੋਤ ਸਿੱਧੂ ਜੀ ਨੇ ਜਦੋਂ ਕਮਾਨ ਸੰਭਾਲੀ ਉਹਨਾਂ ਨੇ ਵੀ ਇਹਨਾਂ ਨੂੰ ਦੁਬਾਰਾ ਫਾਜ਼ਿਲਕਾ ਡਿਸਟ੍ਰਿਕਟ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਸੀ। ਉਹਨਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ, ਮੈਂ ਪਾਰਟੀ ਕੰਨਿਓ ਤੇ ਆਪਣੇ ਕੰਨਿਓ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਤੇ ਕਾਕਾ ਕੰਬੋਜ ਜੀ, ਸੁਖਵਿੰਦਰ ਜੀ, ਇਹ ਬੀਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਪੰਜਾਬ ਦੇ ਜਲਾਲਾਬਾਦ ਦੇ ਵਿੱਚ ਤੇ ਉਸ ਇਲਾਕੇ ਦੇ ਅੰਦਰ ਸਾਰੇ ਇਹਨਾਂ ਦਾ ਜਿਹੜਾ ਆਪਣਾ ਰਸੂਖ ਤੇ ਰੁਤਬਾ ਹੈ ਉਹ ਵੀ ਕਾਂਗਰਸ ਛੱਡ ਕੇ ਅੱਜ ਸਾਡੇ ਬੀਜੇਪੀ ਦੇ ਪਰਿਵਾਰ 'ਚ ਸ਼ਾਮਿਲ ਹੋਏ ਹੈ। ਤੇ ਇੱਥੇ ਹੀ ਇਹਨਾਂ ਸਾਰਿਆਂ ਦੇ ਨਾਲ ਰਾਜਵੀਰ ਜੀ ਅੰਮ੍ਰਿਤਸਰ ਤੋਂ, ਜਿਹਨਾਂ ਦਾ ਪਰਿਵਾਰ ਹਮੇਸ਼ਾ ਅੰਮ੍ਰਿਤਸਰ ਦੀ ਸੇਵਾ 'ਚ ਜੁੜੇ ਰਹੇ, ਇਹਨਾਂ ਦੇ ਪੂਰਾ ਪਰਿਵਾਰ ਗ੍ਰੈਂਡਫਾਦਰ ਤੋਂ ਲੈ ਕੇ ਬ੍ਰਾਹਮਣ ਸਭਾ ਦੇ ਪੰਜਾਬ ਦੇ ਆਲ ਇੰਡੀਆ ਬ੍ਰਾਹਮਣ ਸਭਾ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਨੇ, ਰਾਜਵੀਰ ਜੀ ਨੇ ਵੀ ਅੱਜ ਸਾਡੇ ਨਾਲ ਬੀਜੇਪੀ ਜੁਆਇਨ ਕੀਤੀ ਹੈ, ਮੈਂ ਇਹਨਾਂ ਦਾ ਸਵਾਗਤ ਕਰਦਾ। ਜਿੱਥੇ ਇਹਨਾਂ ਦਾ ਸਵਾਗਤ ਕਰਦੇ ਹਾਂ, ਇਟ ਵਿਲ ਨਾਟ ਬੀ ਐਪਰੋਪ੍ਰੀਏਟ ਵੀ ਅੱਜ ਸਿਰਫ ਇਸ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਰੁਕ ਜਾਏ, ਉਹ ਪੰਜਾਬ ਦੀ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ। ਅੱਜ ਇੱਕ ਬਹੁਤ ਹੀ ਚਿੰਤਾਜਨਕ ਜਿਹੜੀ ਨਿਊਜ਼ ਰਿਪੋਰਟ ਮੈਂ ਦੇਖੀ ਹੈ, ਅਨਇੰਪਲਾਇਮੈਂਟ ਬੇਰੋਜ਼ਗਾਰੀ ਨੂੰ ਲੈ ਕੇ ਜਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਹੈ, ਤੇ ਆ ਤੁਹਾਡੇ ਰਾਹੀਂ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਹੜੇ ਹਰੇਕ ਥਾਂ ਆਪਣੇ ਆਪ ਦਾ ਪਿਛੋਕੜ ਗਿਣਾਉਂਦੇ ਆ, ਮੈਂ ਸਤੌਜ ਦਾ ਮੁੰਡਾ ਤੇ ਉਹ ਕਹਿੰਦੇ ਸਤੌਜ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਚੱਪੇ ਚੱਪੇ ਦੀ ਜਾਣਕਾਰੀ ਰਹਿੰਦੀ ਹੈ। ਅੱਜ ਉਹਨਾਂ ਦੇ ਧਿਆਨ 'ਚ ਸ਼ਾਇਦ ਉਹਨਾਂ ਦੇ ਕਿਤੇ ਨਾ ਕਿਤੇ ਚੱਪੇ ਚੱਪੇ ਦੀ ਜਾਣਕਾਰੀ ਦੇ ਵਿੱਚ ਕਿਤੇ ਕਮੀ ਰਬੇਸ਼ੀ ਰਹਿ ਗਈ ਹੋਵੇ। ਸਤੌਜ ਦੇ ਬੱਚੇ ਸਤੌਜ ਤੋਂ 160 ਕਿਲੋਮੀਟਰ ਦੂਰ ਜਾ ਕੇ ਹੁਸ਼ਿਆਰਪੁਰ ਦੇ ਅੰਦਰ ਸਫਾਈ ਕਰਮਚਾਰੀ ਤੇ ਸੀਵਰਮੈਨ ਦੀ ਨੌਕਰੀ ਵਾਸਤੇ ਹੁਸ਼ਿਆਰਪੁਰ ਪਹੁੰਚੇ ਹੋਏ। ਕੱਲ੍ਹ ਤਨਖਾਹ ਹੈ 8000 ਰੁਪਈਏ। ਆਪਣੇ ਪਰਿਵਾਰ ਤੋਂ 160 ਕਿਲੋਮੀਟਰ 8000 ਰੁਪਈਏ ਦੀ ਨੌਕਰੀ ਵਾਸਤੇ ਪੰਜਾਬ ਦਾ ਨੌਜਵਾਨ ਚੱਲ ਕੇ ਜਾ ਰਿਹਾ ਹੈ। ਇਕੱਲੇ ਪੰਜਾਬ ਦਾ ਹੀ ਨਹੀਂ, ਮੈਂ ਸਮਝਦਾ ਸਤੌਜ ਦਾ ਨਾਮ ਵੀ ਜ਼ਰੂਰ ਮੈਂ ਲੈਣਾ ਇਸ ਕਰਕੇ ਕਿਉਂਕਿ ਬੱਚਾ ਚਾਹੇ ਸਤੌਜ ਦਾ ਹੋਵੇ ਚਾਹੇ ਉਹ ਮੇਰੇ ਪਿੰਡ ਪੰਚਕੋਸੀ ਦਾ ਹੋਵੇ, ਆਪਣੀ ਨੌਕਰੀ ਵਾਸਤੇ ਦਰ ਦਰ ਭਟਕਦਾ ਰਹੇ। ਜਿੱਥੇ ਆ ਕੱਟਰ ਇਮਾਨਦਾਰ ਸਰਕਾਰ ਕਹਿੰਦੀ ਹੈ ਵੀ ਅਸੀਂ ਸਾਰਿਆਂ ਨੂੰ ਰੋਜ਼ਗਾਰ ਦੇ ਰਹੇ ਹਾਂ, 2.5 ਲੱਖ ਰੁਜ਼ਗਾਰ ਅਸੀਂ ਦੇ ਤੇ, ਉਹ ਸਾਰੀਆਂ ਗੱਲਾਂ ਦਾ ਪਰਦਾ ਖੋਲਦਾ। ਪਰ ਇਹਦੇ ਨਾਲ ਨਾਲ ਜਿਹੜਾ ਇਸ ਤੋਂ ਵੀ ਜ਼ਿਆਦਾ ਬੇਰੋਜ਼ਗਾਰੀ ਸਮੱਸਿਆ ਹੈ, ਸਾਰੇ ਕਿਸੇ ਤੋਂ ਲੁਕੀ ਨਹੀਂ, ਬਟ ਇਹਦੀ ਗ੍ਰੈਵਿਟੀ ਜਿਹੜੀ ਹੈ ਇਹਦੇ ਨਾਲ ਜਿਸ 'ਤੇ ਸਾਰੇ ਪੰਜਾਬ ਦੇ ਮੱਥੇ ਦੇ ਉੱਤੇ, ਮੈਂ ਸਮਝਦਾ ਇਕੱਲੇ ਆਮ ਆਦਮੀ ਪਾਰਟੀ ਦਾ ਨਹੀਂ, ਪੂਰੇ ਸਾਡੇ ਐਜੂਕੇਸ਼ਨ ਸਿਸਟਮ ਦੇ ਉੱਤੇ, ਸਾਡੇ ਪੂਰੇ ਪੋਲੀਟੀਕਲ ਸਿਸਟਮ ਦੇ ਮੱਥੇ 'ਤੇ ਇੱਕ ਕਲੰਕ ਹੈ ਵੀ ਉਹ ਬੱਚੇ ਜਿਹੜੇ ਉੱਥੇ ਰੁਜ਼ਗਾਰ ਲੈਣ ਗਏ ਹੈ ਉਹਨਾਂ ਦੇ ਵਿੱਚ ਇੱਕ ਬੱਚਾ ਸਿਵਲ ਇੰਜੀਨੀਅਰ ਹੈ, ਇੱਕ ਬੱਚਾ MCA ਜਿਹਨੇ ਕਰ ਰੱਖੀ ਹੈ, ਉਹ ਉੱਥੇ ਰੁਜ਼ਗਾਰ ਵਾਸਤੇ ਲਾਈਨਮੈਨ ਸੀਵਰੇਜ ਦੇ ਸਫਾਈ ਵਾਸਤੇ ਜਾ ਰਿਹਾ। ਦੋ ਆਈ ਬਿਲੀਵ ਇਨ ਡਿਗਨਿਟੀ ਆਫ ਲੇਬਰ, ਕੰਮ ਕੋਈ ਵੀ ਮਾੜਾ ਨਹੀਂ ਸਾਹਿਬ, ਲੋਕ ਕਰਦੇ ਆ। ਦੋ ਦਾ ਸੁਪਰੀਮ ਕੋਰਟ ਹੈ, ਬਾਰ ਬਾਰ ਕੋਰਟਸ ਕਹਿੰਦੀਆਂ ਵੀ ਆ ਮੈਨੂਅਲ ਸਕੈਵੈਂਜਿੰਗ ਬੰਦ ਕਰਾਓ। ਰੋਜ਼ ਆਪਾਂ ਦੇਖਦੇ ਹਾਂ ਸੀਵਰ ਦੇ ਅੰਦਰ ਗਰੀਬ ਪਰਿਵਾਰਾਂ ਦੇ, ਸਾਡੇ ਉਹ ਵੀ ਸਾਡੇ ਭਰਾ ਹੈ ਜਿਹੜੇ ਆ ਕੰਮ ਕਰਦੇ ਹੈ, ਉਹਨਾਂ ਵਿਚਾਰਿਆਂ ਦੇ ਜਿਸ ਹਾਲਾਤ 'ਚ ਉਹ ਕੰਮ ਕਰਦੇ ਹੈ। ਬਟ ਦਾ ਮੋਸਟ ਡਿਸਟਰਬਿੰਗ ਪਾਰਟ ਇਜ਼, ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਸ਼ਰਮ ਦਾ ਮੁਕਾਮ ਬਣਦਾ ਵੀ ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵੀ ਉਹ ਲੋਕ ਇੱਕ ਅਨਸਕਿਲਡ ਜੋਬ, ਜੋ ਬੱਚਾ ਬਿਨਾਂ ਪੜ੍ਹਾਈ ਦੇ ਜਾਂ ਕਰ ਸਕਦਾ ਹੈ, ਉੱਥੇ MCA ਤੇ ਸਿਵਲ ਇੰਜੀਨੀਅਰ ਜਿਹੜੇ ਹੈ ਜਿਨ੍ਹਾਂ ਨੇ 3-3 ਸਾਲ ਦਾ ਡਿਪਲੋਮਾ ਕਰ ਰੱਖਿਆ, ਮਹੀਨੇ ਦੇ ਉਹਨਾਂ ਨੂੰ ਇੰਜੀਨੀਅਰ ਦੀ ਡਿਗਰੀ ਮਿਲ ਜਾਣੀ ਹੈ, ਉਹ ਉੱਥੇ ਜਾ ਕੇ 8000 ਰੁਪਈਆਂ ਦੀ ਨੌਕਰੀ ਵਾਸਤੇ ਘਰੋਂ ਦੂਰ ਜਾ ਕੇ ਸੀਵਰਮੈਨ ਦੇ ਕੰਮ ਵਾਸਤੇ ਅਪਲਾਈ ਕਰ ਰਹੇ ਹੈ। ਮੇਰੀ ਬੇਨਤੀ ਹੈ ਭਗਵੰਤ ਮਾਨ ਜੀ, ਫੋਟੋਆਂ ਖਿਚਾਉਣੀਆਂ ਬੰਦ ਕਰੋ, ਝੂਠੇ ਦਾਅਵੇ ਕਰਨੇ ਬੰਦ ਕਰੋ ਗਰਾਊਂਡ ਰਿਐਲਿਟੀਜ਼ ਦੇ ਨਾਲ, ਕਿਉਂਕਿ ਤੁਸੀਂ ਆਮ ਬੰਦਿਆਂ ਦੀ ਗੱਲ ਕਰਕੇ ਇੱਥੇ ਸਰਕਾਰ ਬਣਾਈ ਸੀ, ਆਮ ਬੰਦਿਆਂ ਦੀ ਸਰਕਾਰ ਨਹੀਂ ਰਹਿ ਗਈ, ਖਾਸ ਬੰਦਿਆਂ ਦੀ ਸਰਕਾਰ ਬਣ ਗਈ, ਇਹਨਾਂ ਪਾਸੇ ਧਿਆਨ ਕਰੋ। ਦੂਜੀ ਗੱਲ ਜਿਹੜੀ ਅੱਜ ਮੈਂ ਹਰੇਕ ਮੰਚ ਤੋਂ ਕਹਿ ਰਿਹਾ ਅਤੇ ਅੱਜ ਉਹਦਾ ਜਿੰਦਾ ਜਾਗਦਾ ਸਬੂਤ ਮੈਂ ਅੱਜ ਤਕਲੀਫ ਦਿੱਤੀ ਹੈ ਜਗਦੀਪ ਨਕਈ ਜੀ ਨੂੰ। ਇਹਨਾਂ ਨੇ ਕੱਲ੍ਹ ਇੱਕ ਮਸਲਾ ਧਿਆਨ 'ਚ ਲੈ ਕੇ ਆਏ ਜਿਹੜਾ ਮੈਂ
कल लुधियाने साड़ी वर्कर्स की मीटिंग सी उत्थे भी रेज किया। अज मैं फिर एक बार फिर थोड़े राही इस सरकार के कन्ना च पाना चाहूंगा, बिकॉज नशे दे करके जिहड़ा ताकत दा नशा है उहदे करके इन्हां ने गल्लां सुननियां बंद करतियां, बट आई विल मैं अपनी गल रखूंगा। हुण तो पहला साहूकारां कोल वड्डे बिजनेसमैन कोल फरौतियां दे फोन आंदे सीगे, उहदे बाद छोटे मुनियारी वाली दुकानां कोल फोन आण लग गए। कल एक अजू एक पहला साडे मानसे दे अंदर बांसल साहब फॉर्मर जिहड़े MLA सी उन्हां नूं भी फिरौती दा करे आ के मारकुट भी की, पैसे भी मंगे, केस अजे उहदा कुछ भी पता नहीं लग्या। पर कल जो कुछ होया अपने आप दे विच आई थिंक इज अ फर्स्ट इंस्टांस, मैं अज तक नहीं सुनिया प्रधान जी किते तुहाडे किते ध्यान च आया होए। एक सरपंच नूं फोन आंदा है, चौके पिंड दा सरपंच है मौड़ दे हलके दे अंदर, जिथे उहनूं फिरौती दा फोन आंदा 50 लाख रुपये दे दी नहीं तां सोध देंगे। ते सरपंच साहब जिहड़े है चल के जाके थाने जांदे है, ते जदों थाने अपनी कंप्लेंट दर्ज करा रहे है उत्थे फिर फोन आ जांदा है। उस फोन दा जिहड़ा नकई साहब तुसीं दसो इन्हां नूं जिहड़ी हालात जिहड़े है उत्थे उन्हां दे सामने, उह कह रहे थानेदार दे सामने ऑन ए नॉर्मल कॉल, नॉट ऑन व्हाट्सएप कॉल और एनीथिंग, नॉर्मल कॉल ओरिजिनेटिंग फरीदकोट जेल चो कॉल आ रही है, ਤੇ ਉੱਥੇ ਦੱਸੋ ਨਾ ਕਈ ਸਾਹਿਬ ਤੁਸੀਂ ਤਾਂ ਕਿ ਇਹਦੀ ਅਥੈਂਟਿਸਿਟੀ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਦੇ ਕਲੇਮ ਜਿਹੜੇ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਕਿੱਥੇ ਹੈ। ਮੈਂ ਹੈਰਾਨ ਹਾਂ ਲਾਅ ਐਂਡ ਆਰਡਰ ਦੀ ਗੱਲ ਤੇ। ਸਾਡੇ ਪੁੱਛੋ ਮੰਡੀ ਚ ਫਰੌਤੀਆਂ ਦੀਆਂ ਕੌਣ ਆਈਆਂ, ਜਿਵੇਂ ਕਿ ਕਿਹਾ ਕਿ ਛੋਟੇ ਦੁਕਾਨਦਾਰ ਸੁਨਹਿਰਾ ਨੂੰ ਆਇਆ, ਮੌੜ ਮੰਡੀ ਆਈਆਂ, ਤੇ ਇਹ ਸਾਡਾ ਸਰਪੰਚ ਗੁਮਦੂਰ ਸਿੰਘ ਸਾਬਕਾ ਸਰਪੰਚ ਚੌਕੇ ਉਹਨੂੰ ਆਈ ਵੀ ਫਰੌਤੀ ਦੇ ਦਿੱਤੇ ਨਹੀਂ ਮਾਰ ਦਿਆਂਗੇ। ਗੁਮਦੂਰ ਸਿੰਘ ਗੰਦੂਰ ਸਿੰਘ ਚੌਕੇ ਪਿੰਡ, ਅੱਜ ਖਬਰ ਵੀ ਲੱਗੀ ਹੈ SSP ਸਾਹਿਬ ਦੀ। ਤੇ ਸ਼ਾਮ ਨੂੰ ਜਦ ਉਹ ਰਿਪੋਰਟ ਦੇਣ ਜਾਂਦਾ, FIR ਦਰਜ ਕਰਾਉਣ ਜਾਂਦਾ, ਪੁਲਿਸ ਵਾਲਿਆਂ ਦੇ ਸਾਹਮਣੇ ਫਿਰ ਕਾਲ ਆ ਜਾਂਦੀ ਹੈ ਵੀ ਵੇਖ ਲਾ ਤੂੰ, ਪੁਲਿਸ ਵਾਲਿਆਂ ਨੂੰ ਦੱਸਤਾ, CI ਵਾਲਿਆਂ ਨੂੰ ਕਹਿਤਾ ਵੀ ਤੈਨੂੰ ਨੀ ਬਖਸ਼ਣਾ ਅਸੀਂ ਥਾਣੇ ਚ ਬੈਠਿਆਂ ਦੇ, ਵੀ ਤੈਨੂੰ 1300 ਲਾ ਦੇਵਾਂਗੇ। ਸੋ ਤੁਸੀਂ ਇਹ ਵੇਖੋ ਕਿ ਆਮ ਤੌਰ ਤੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਵੀ ਹਿੰਦੂ ਬਿਜ਼ਨਸਮੈਨ, ਹਿੰਦੂ ਬਾਣੀਆਂ, ਆਪਾਂ ਅਗਰਵਾਲ ਕਮਿਊਨਿਟੀ ਕਹਿੰਦੇ ਵੀ ਡਰਪੋਕ ਹੈਗੇ ਆ, ਜਦੋਂ ਇਹ ਜਿਹਾ ਕੁਛ ਪਿੰਡਾਂ ਚ ਹੋਣ ਲੱਗ ਗਿਆ ਤਾਂ ਅਸੀਂ ਬਚਾਂਗੇ ਕਿਵੇਂ? ਆ ਪਰਸੋਂ ਹੀ ਰਾਤ ਨੂੰ ਸਾਡੇ ਪ੍ਰੈਸ ਵਾਲੇ ਸਾਡੇ ਰਾਮਪੁਰੇ ਪਿੰਡ ਗਏ ਨੇ, ਉਹ ਕਹਿੰਦੇ ਜੀ ਗਾਡਰੀ ਚੋਰੀ ਕਰਕੇ ਲੈ ਗਏ ਤੇ ਜਿਹੜੇ ਨਸ਼ੇੜੀ ਗਏ ਨੇ, ਵੀ ਇੱਕ ਹੱਦ ਟੱਪੀ ਪਈ ਹੈ, ਹੱਦ ਟੱਪੀ ਪਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦੀ। ਉੱਤੇ ਡਰ ਤੇ ਸਹਿਮ ਸਾਡੇ ਏਰੀਏ ਚ ਹੋਇਆ ਪਿਆ ਵੀ ਕਰੀਏ ਤਾਂ ਕੀ ਕਰੀਏ, ਵੀ ਕੁਛ ਪੁਲਿਸ ਨਹੀਂ ਕਰ ਰਹੀ, ਕੁਛ ਐਡਮਿਨਿਸਟ੍ਰੇਸ਼ਨ ਨਹੀਂ ਕਰ ਰਹੀ ਕਿ ਜਿਹੜੇ ਕਿ ਫੋਕੇ ਦਾਅਵੇ ਕਰ ਰਹੀ ਹੈ। ਤੇ ਮੈਂ ਕਈ ਮੈਨੂੰ ਫੈਮਿਲੀਜ਼ ਦਾ ਇਹ ਵੀ ਪਤਾ ਵੀ ਜਿਨ੍ਹਾਂ ਤੋਂ ਫਰੌਤੀਆਂ ਲੈ ਗਏ ਪਰ ਉਹਨਾਂ ਨੇ ਦਰਖਾਸਤ ਵੀ ਨਹੀਂ ਦਿੱਤੀ ਵੀ ਜਾਨ ਬਚੀ, ਸੋ ਲੱਖੋਂ ਪਾਏ ਵੀ ਕਰਨਾ ਕੀ ਹੈ, ਚੱਲ ਦੇਖੋਗੇ ਵੀ ਚੱਲ ਇੱਥੋਂ ਆਪਦਾ ਕਿਤੇ ਨਾ ਕਿਤੇ ਹੋਰ ਤੁਰ। ਦੇਖੋ ਸ਼ਹਿਰਾਂ ਦਾ, ਪਿੰਡਾਂ ਦਾ, ਕਿਸੇ ਇੱਕ ਪਰਟੀਕੁਲਰ ਕਮਿਊਨਿਟੀ ਦਾ ਕਮਜ਼ੋਰ ਹੋਣਾ, ਡਰਪੋਕ ਹੋਣਾ, ਕੋਈ ਡਰਪੋਕ ਨਹੀਂ ਸਾ ਪੰਜਾਬ ਦੇ ਅੰਦਰ ਜਿਹੜਾ ਬੈਠਾ ਹਰੇਕ ਕੋਈ ਸਕਸ਼ਮ ਹੈ। ਪਰ ਜਿਹੜੇ ਇਸ ਕਿਸਮ ਦੇ ਪਰਿਵਾਰ ਦੇ ਪੰਨੀ ਪਰਿਵਾਰ ਪ੍ਰਤੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ, ਆਪਣੇ ਉੱਤੇ ਤਾਂ ਬੰਦਾ ਝੇਲ ਲੈਂਦਾ ਜਦੋਂ ਆਉਂਦਾ ਵੀ ਤੇਰੇ ਪੂਰੇ ਪਰਿਵਾਰ ਨੂੰ, ਬੱਚਿਆਂ ਨੂੰ ਜਿਹੜੀ ਇਹਨਾਂ ਨੇ ਮੈਨੂੰ ਗੱਲ ਦੱਸੀ ਜਿਹੜੀ ਆ ਇੱਥੇ ਸ਼ਾਇਦ ਸਕਿੱਪ ਹੋ ਗਈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੇਰੇ ਸਾਨੂੰ ਪਤਾ ਤੂੰ ਕਿੱਥੇ ਰਹਿੰਦਾ, ਤੇਰੇ ਸਾਰੇ ਪਰਿਵਾਰ ਦਾ ਸੌਦਾ ਲਾ ਦਿਆਂਗੇ। ਆ ਸਭ ਇਸ ਕਿਸਮ ਦੀ ਹੈ। ਤੁਸੀਂ ਦੱਸ ਰਹੇ ਸੀ ਪ੍ਰਧਾਨ ਜੀ ਕੋ ਫਾਜ਼ਿਲਕਾ ਦੇ ਇੰਸਟਾਂਸ ਦੱਸ ਰਹੇ ਸੀਗੇ, ਆ ਮਤਲਬ ਇਸ ਅ ਨਿਊ ਨਾਰਮਲ ਇਨ ਪੰਜਾਬ, ਇੱਕ ਬਹੁਤ ਹੀ ਖਤਰਨਾਕ ਨਵਾਂ ਇੱਕ ਸਾਮਾਨਿਆ ਵਰਤੀ ਬਣ ਗਈ ਜਿਹਨੂੰ ਕਹਿੰਦੇ ਆ ਨਿਊ ਨਾਰਮਲ ਹੈਜ਼ ਬੀਨ ਐਸਟੈਬਲਿਸ਼ਡ। ਪਤਾ ਨਹੀਂ ਕਿੱਥੇ ਜਾ ਕੇ ਰੁਕੂਗਾ, ਤੇ ਨਾਰਮਲੀ ਪੈਰਾਮੀਟਰ ਜਿਹੜੇ ਹੈ ਨਾ ਜਿਹੜੀ ਹੈ ਉਹਨੂੰ ਨਾਰਮਲੀ ਜੰਪ ਕਰਦੇ ਆ ਤੇ ਦੇ ਰੇਜ਼ ਦਾ ਬਾਰ, ਦਿਸ ਬਾਰ ਇਜ਼ ਬੀਇੰਗ ਲੋਅਰਡ ਐਵਰੀ ਡੇ। ਵੀ ਕਿੱਥੇ ਜਾ ਕੇ ਪੰਜਾਬ ਟਿਕੂਗਾ, ਕਿਹੜੇ ਹਾਲਾਤ ਬਣਾਉਣਾ ਚਾਹੁੰਦੇ ਆ ਪੰਜਾਬ ਚ? ਭਗਵੰਤ ਮਾਨ ਜੀ ਜਿਹੜਾ ਕੰਮ ਲੋਕਾਂ ਨੇ ਤੁਹਾਨੂੰ ਦਿੱਤੀ ਹੈ, ਜ਼ਿੰਮੇਵਾਰੀ ਸਰਕਾਰ ਚਲਾਉਣ ਦੀ ਦਿੱਤੀ ਹੈ, ਐਡਮਿਨਿਸਟ੍ਰੇਸ਼ਨ ਦੀ ਦਿੱਤੀ ਹੈ, ਪਲੀਜ਼ ਕੰਸੈਂਟਰੇਟ ਔਨ ਐਡਮਿਨਿਸਟ੍ਰੇਸ਼ਨ, ਗਵਰਨੈਂਸ। ਅੱਜ ਗਵਰਨੈਂਸ ਕਿਤੇ ਵੀ ਹੈ ਨਹੀਂ ਸਾਹਿਬ, ਗਵਰਨੈਂਸ ਨਾਮ ਦੀ ਕੋਈ ਚਿੜੀ ਵੀ ਨਹੀਂ ਹੈ। ਇੱਕ ਮਹੀਨਾ ਹੋ ਗਿਆ, ਅੱਜ 9 ਤਰੀਕ ਹੈ, ਯਾਦ ਕਰੋ 9 ਤਰੀਕ 9 ਜੁਲਾਈ ਪੰਚਕੂਲੇ ਦੇ ਅੰਦਰ ਪ੍ਰਧਾਨ ਜੀ
वोटा मंग रहे थे, केजरीवाल साहब आए थे भगवंत मान जी एक महीने पहले वोटा मंग रहे थे, जदों आ बदल आए है ते डेरा बसी रोपड़ इत्थे सारा एरिया खरड़ आला मोहाली सारा डुबे है। डेरा बसी दे अंदर उस दिन सैकेंड फ्लोर ताई पानी, क्योंकि वह सोसायटी सी जिथे पानी पहुंच गया, लोग कश्तियां नाल अपने बच्चों नूं कढ के लैके गए है। तो भगवंत मान जी नूं इत्थे वोटा की लगी सी, केजरीवाल साहब नूं वोटा की चिंता सी। मैं बार बार दोहरा रहा कहिंदे ना वी इस लोग भी कहते जान दो जी बहुत, मैं कह क्यों ना साहब, क्योंकि एक महीना पूरा हो गया अज नौ तरीक है, एक दवानी नहीं किसी नूं, एक पैसा इस भगवंत मान जी सो कॉल्ड आम आदमी की सरकार है, एक पैसा किसी नूं कंपनसेशन का अज तक नहीं मिलिया, ते बार बार अपने जो लोगों नूं गुमराह कर रहे है। इस करके असीं ध्यान लैके आना चाह रहे, असीं सारे एरिया च जावांगे बिकॉज करीबन करीबन 12 ਸਾਡੇ ਪਾਰਲੀਮੈਂਟਰੀ ਕੌਂਸਟੀਚੁਐਂਸੀ ਦੇ ਬੀਜੇਪੀ ਸਾਥੀਆਂ ਨਾਲ ਅਸੀਂ ਜਾ ਕੇ ਗੱਲਬਾਤ ਕਰ ਲਈ ਹੈ। ਇੱਕ ਕੌਂਸਟੀਚੁਐਂਸੀ ਬਚੀ ਉਸ ਏਰੀਏ 'ਚ ਵੀ ਅਸੀਂ ਜਾ ਕੇ ਮਾਨਸਾ ਏਰੀਏ 'ਚ ਬਠਿੰਡੇ ਏਰੀਏ 'ਚ ਜਾ ਕੇ ਸਾਰੀ ਉੱਥੇ ਗੱਲਬਾਤ ਲੋਕਾਂ ਨਾਲ ਕਰਾਂਗੇ, ਤੇ ਆ ਜਿਸ ਕਿਸਮ ਦੀਆਂ ਘਟਨਾਵਾਂ ਸਾਹਮਣੇ ਵੀ ਵਿਲ ਹੋਲਡ ਦਿਸ ਗਵਰਨਮੈਂਟ ਅਕਾਊਂਟੇਬਲ ਇਹਨਾਂ ਦੀ ਇਹ ਗਲਤੀਆਂ ਵਾਸਤੇ। ਥੈਂਕ ਯੂ। देखो मैं आई नो सब जेड़ा उन्होंने किया है, कदों उन्होंने किया है, जदों नुकसान इन्ना हो गया। मैं भगवंत मान जी दे वीडियो को तुम दिखा दें जिदे विच जिहड़े वो कह रहे हैं भगवंत मान जी भी कहो तो एक मिनट सुनाई दें फिर पेशेंस एक सैकेंड जिहड़े कह रहे हैं भी तुसीं सानू बिलीव करो दिल्ली मॉडल दे अंदर असी किसे गिरदावरी दी इंतजार नहीं करनी, असी पैसा 20,000 रुपया किसानां दे खात्यां च पहला पा देंगे। एक सैकेंड हाथ कंगन को आरसी क्या, एक सैकेंड मैं तुहानूं दिखा देना है बिकॉज बिना फैक्ट्स एंड फिगर दे गल करन दा कोई मायना नहीं है जी। मेरी वॉल्यूम कर दें प्लीज। बाकी सब बाद हुंदा रहूगा, जिवें दिल्ली दे विच हुंदा है अरविंद केजरीवाल दी सरकार करदी है, पहला 20,000 एकड़ दा ओह पैसे दे दिंदे है, पहला लो गुरदौरियां बाद च हुंदियां रहणगियां, फिर देखांगे। हुण केड़े भगवंत मान जी दे मैं यकीन कर लवां, आई भगवंत मान जी बोल रहे इज नॉट अ टेंपर्ड वीडियो, या तो मेरे ते केस करा देण वी सुनील झूठा वीडियो बना के ले आए चला रहे है, या साबित कर देन भी हुण जिहड़ा कह रहे है भी मैं कोई पैसे जे देते अपोजिशन निखेधी कर रही है, अपोजिशन निखेधी नहीं कर रही है, अपोजिशन दा एक तो सवाल दा जवाब अज भी मेरा उत्थे खड़ा है जिहड़ा मैं 10 तरीक नूं पुछिया सीगा, 4 जुलाई नूं वार्निंग आई सीगी भी हैवी रेनफॉल इज एक्सपैक्टेड इन दिस रीजन, 6 जुलाई नूं उन्होंने कहा भी आने वाले 2 दिन के अंदर 8 तरीक नूं मैसिव रेनफॉल मतलब जिन्हू येलो अलर्ट कहते हैं ओरेंज अलर्ट है, उन्होंने 6 तरीक नू ओरेंज अलर्ट जिहड़ा कीता सीगा, जिहड़ा नक्शा अज भी मैं नाल लई फिरदा विच आ शोन ऑन सो मैनी ओकेजन बिकॉज देखो ए पिक्टोरल जिहड़ा एविडेंस है इस तो वधिया कोई एविडेंस नहीं हो सकता, कोई बंदा कह दे मैं पढ़िया लिखिया नहीं, कोई मेरे वर्गा अनपढ़ भी कोई इस नू देखदा है तो उन्हूं पता लग जांदा है भी आ देख लो सर, दिस इज अगेन हेयर फॉर एवरीबडी टू सी, इज नॉट ए आ कोई प्रिविलेज्ड या कोई खास इनफॉरमेशन नहीं जिहड़ी मेरे कोल है, IMD इंडियन मेट्रोलॉजिकल डिपार्टमेंट की साइट ते 6 पहला 4 जुलाई नू एक नॉर्मल उन्होंने वार्निंग दी एक्सेसिव मैसिव रेनफॉल प्लीज बी प्रिपेयर्ड, 6 तरीक नू उन्होंने अगले 2 दिन का जिहड़ा 8 तरीक का पर्टिकुलर डेट पा के फॉर द 8th ओरेंज अलर्ट किया, कोई रिव्यू मीटिंग जिहड़ा फर्ज बनता सीगा सरकार का वह ही नहीं किया, अज मैं किवें भगवंत मान जी की गल मलना भी असीं सारा कुछ कर रहे हैं, पटवारी हड़ताल से बैठे से, DC ऑफिस वाले हड़ताल से बैठे से, हुण कंडीशनल विड्रॉ कर लिया उन्होंने भी नवे चीफ सैकटरी साहब आए हैं या नवे देख के आगू करनगे साडा मसला हल करनगे, फर लोगों नूं मदद चाहिए असीं करांगे, बट सरकार दे कहनी ते करनी दे विच बहुत फर्क है, दीपक तले अंधेरा वाली गल है भी सतौज पिंड दे मुंडे अगर हुशियारपुर जाके सफाई कर्मचारी वास्ते पढ़े लिखे बच्चे जिहड़े उत्थे जाके MCA दी डिग्री लेके अगर सफाई कर्मचारी दी जॉब वास्ते अप्लाई करदे फिर कॉलेजेस दे ताला लवा दिओ साहब, फिर क्यों पैसा खराब कर रहे हैं, फिर बंद कर दो सारा कुछ, दिस इज द जॉब अपॉर्चुनिटीज, तुम बच्चों आ कहते मैं तुम्हें बाहर नहीं जान दूंगा, इतने अंग्रेज आएंगे फिर बुला लो अंग्रेजों तो कराओ सफाई कराओ आता काम, फिर क्यों साढ़े बच्चों क्यों इधर पासे तक रहे हो,
ਸੋ ਦੇ ਹੈਵ ਮੇਡ ਅ ਮੌਕਰੀ ਆਫ ਗਵਰਨੈਂਸ ਆਫ ਦਿਸ ਇਜ਼ ਮਾਈ ਸਬਜੈਕਟ ਸਾਹਿਬ ਤੁਸੀਂ ਦੇਖੋ ਅੱਜ ਪੰਜਾਬ ਦੇ ਇਸ਼ੂ ਡਿਸਕਸ ਕਰੀਏ ਇਹਨਾਂ ਬੰਦਿਆਂ ਦੇ ਉੱਤੇ ਡਿਸਕਸ ਕਰਨਾ ਮੇਰਾ ਦਿਸ ਇਜ਼ ਅ ਪਰਸਨਲ ਐਡਰੈਸ ਟੂ ਹਿਮ ਕਿਉਂਕਿ ਦੇਖੋ ਉਹ ਭੁੱਲ ਗਏ ਹੋਣੇ ਆ ਮੈਂ ਤਾਂ ਅਜੇ ਵੀ ਜਿਨ੍ਹਾਂ ਨੂੰ ਮੈਂ ਕਿਤੇ ਦੋਸਤ ਕਿਹਾ ਸੀਗਾ ਅੱਜ ਤਾਈ ਉਸੇ ਲਕਸ਼ਮਣ ਰੇਖਾ ਦੇ ਦਾਇਰੇ ਚ ਮੈਂ ਰਹਿ ਕੇ ਗੱਲ ਕਰ ਰਿਹਾ ਸੋ ਆਈ ਓਨਲੀ ਰਿਮਾਈਂਡਡ ਹਿਮ ਵੀ ਸ਼੍ਰੀਮਾਨ ਜੀ ਮੈਨੂੰ ਤੁਸੀਂ ਕਿਰਤਗਨਤਾ ਦੀ ਗੱਲ ਨਾ ਕਰੋ ਤੁਸੀਂ ਵਫਾਦਾਰੀ ਦੀ ਗੱਲ ਕਰਦੇ ਹੋ ਤੁਸੀਂ ਪਹਿਲਾਂ ਮਾਈਨਸ ਸਿੱਖ ਤਾਂ ਲਓ ਕਾਂਗਰਸ ਪਾਰਟੀ ਤੇ ਸੁਨੀਲ ਦੀ ਛੱਡੋ ਸੁਨੀਲ ਕਾਂਗਰਸ ਪਾਰਟੀ ਨੂੰ ਜਾਣਦਾ ਕਾਂਗਰਸ ਪਾਰਟੀ ਸੁਨੀਲ ਨੂੰ ਜਾਣਦੀ ਹੈ ਪਰ ਤੁਸੀਂ ਆਪਣੇ ਪੀੜੇ ਹੇਠਾਂ ਸੋਟੀ ਮਾਰ ਕੇ ਦੇਖੋ ਵੀ ਉਹ ਸਮਾਂ ਯਾਦ ਕਰੋ ਜਿਸ ਤੋਂ ਆਪਣਾ ਜਲੂਸ ਕਢਾਈ ਜਾਂਦੇ ਸੀਗੇ ਇੱਕ ਇਹੋ ਜਿਹੇ ਕੇਸ ਦੇ ਅੰਦਰ ਕਿਹੜੇ ਬੰਦੇ ਨੇ ਥੋੜੀ ਇੱਜ਼ਤ ਥੋੜੀ ਬਹੁਤ ਉਹਦੇ ਤੇ ਪਰਦਾ ਪਾਇਆ ਲੀੜਾ ਪਾਇਆ ਵੀ ਇਹਨੂੰ ਟੱਕ ਕੇ ਰੱਖੋ ਉਹ ਜਵਾਬ ਦੇਣਗੇ ਫਿਰ ਇਹਦੇ ਤਫਸੀਲ ਨਾਲ ਗੱਲ ਕਰਾਂਗੇ ਦੇਖੋ ADC ਇਜ਼ ਅ ਜਸਟ ਅ ਟੂਲ ਇੰਸਟਰੂਮੈਂਟ ਉਹਨੂੰ ਇਸਤੇਮਾਲ ਕੀਤਾ ਗਿਆ ਬੈਨੀਫਿਸ਼ਰੀ ਕੌਣ ਹੈ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਜਿਹੜੇ ਲੋਕਾਂ ਨੇ ਇਸ ਮਸਲੇ ਨੂੰ ਕਿਸ ਗੱਲ ਵਾਸਤੇ ਅੰਜਾਮ ਦਿੱਤਾ ਤੁਹਾਡੇ ਸਾਹਮਣੇ ਹੈ ਉਸੇ ਰਿਪੋਰਟ ਦੇ ਵਿੱਚ ਇਹ ਵੀ ਹੈ ਵੀ ਕਿੰਨਾ ਉੱਥੇ ਮਾਈਨਿੰਗ ਮਟੀਰੀਅਲ ਉਹਦੇ 'ਚ ਅਵੇਲੇਬਲ ਹੈਗਾ ਉਸ ਜਗ੍ਹਾ ਦੇ ਅੰਦਰ ਜਿਹੜੀ ਦਰਿਆ ਦੇ ਅੰਦਰੋਂ ਜਿਹੜੀ ਰੇਤਾ ਕੱਢ ਕੇ ਵੇਚਣ ਦਾ ਉੱਥੇ ਕਿੰਨਾ 2.5 ਕਰੋੜ ਰੁਪਈਏ ਮਹੀਨੇ ਦਾ ਜਾਂ ਹਫ਼ਤੇ ਦਾ ਉੱਥੇ ਜਿਹੜਾ ਸਵਾਂ ਜਿਹੜਾ ਉਹਨਾਂ ਨੇ ਪੱਕਾ ਕਰ ਲਿਆ ਸੀਗਾ ਆਹ ਇੱਕ DDPO ਜਾਂ ADC ਨਹੀਂ ਸੀ ਕਰ ਸਕਦਾ ਇਹਦੇ ਪਿੱਛੇ ਹੱਥ ਜਿਹੜੇ ਹੈ ਉੱਚੇ ਲੈਵਲ 'ਚ ਹੈ ਅਤੇ ਉਹੀ ਲੋਕਾਂ 'ਤੇ ਆ ਕੇ ਮੁੜ ਘਿੜ ਕੇ ਸੂਈ ਉੱਥੇ ਆ ਜਾਂਦੀ ਹੈ ਜਿਨ੍ਹਾਂ ਦੇ ਕਰੈਕਟਰ ਨੂੰ ਲੈ ਕੇ ਪਹਿਲਾਂ ਬਹੁਤ ਸਾਰੇ ਸਵਾਲ ਉੱਠ ਚੁੱਕੇ ਖੁਦ ਗਵਰਨਰ ਸਾਹਿਬ ਨੇ ਵਿਚ ਨੋਰਮਲੀ ਹੀ ਡਜ਼ ਨੋਟ ਇੰਡਲਜੈਂਟ ਟੂ ਦੈਟ ਕਾਇੰਡ ਆਫ ਅ ਸਟਰੋਂਗ ਲੈਂਗੁਏਜ ਵੀ ਉਹਨਾਂ ਨੇ ਇੰਡਾਈਟ ਕੀਤਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਸਾਰੇ ਜੋ ਵਿਜੂਅਲ ਡਾਕੂਮੈਂਟ ਆਏ ਸੀ ਉਹਨਾਂ ਕੋਲ ਪਰੂਫ ਉਹ ਐਗਜ਼ਾਮਿਨ ਵੀ ਕਰਾਏ ਸੀਗੇ ਉਹਨਾਂ ਮੰਤਰੀ ਜੀ ਨੂੰ ਲੈ ਕੇ ਅਤੇ ਉਹਨਾਂ ਦੀ ਜਾਂਚ ਅਗਰ ਸਰਕਾਰ ਨਹੀਂ ਕਰਦੀ ਤਾਂ ਮੈਂ ਸਮਝਦਾ ਵੀ ਇਹਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਆਈ ਵੁੱਡ ਨੋਟ ਦੇਖੋ ਪੰਜਾਬ ਦੇ ਅੰਦਰ ਸਰਕਾਰ ਨੂੰ ਬਾਧਿਆ ਕਰਾਂਗੇ ਵੀ ਅਸੀਂ ਇਹਨਾਂ ਦੇ ਹੁਣ ਵਿਸ਼ਵਾਸ ਤਾਂ ਰਹਿ ਨਹੀਂ ਗਿਆ ਵਿਜੀਲੈਂਸ ਤਾਂ ਇਹਨਾਂ ਨੇ ਹੋਰ ਪਾਸੇ ਤੋਰ ਰੱਖੀ ਹੈ ਅਤੇ CBI ਦੀ ਇਨਕੁਆਇਰੀ ਵੀ ਮਾਰਕ ਕਰਾਂਗੇ ਵੀ ਆਹ ਦੇਖ ਕੇ ਇਹਨਾਂ ਦਾ ਪਰਦਾ ਖੁੱਲ੍ਹੇ ਜਿਹਦੇ ਅਗਰ CBI ਉੱਥੇ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਅਤੇ ਦੂਜੇ ਮਿਨਿਸਟਰ ਸਾਹਿਬ ਨੂੰ ਫੜ ਕੇ ਅੰਦਰ ਕਰ ਸਕਦੀ ਹੈ ਤਾਂ ਓਬਵੀਅਸਲੀ ਆਹ ਜਿਹੜੇ ਮੰਤਰੀ ਸਾਹਿਬ ਹੈ ਜਿਹੜੇ ਇੱਕ ਜਾਂ ਦੋ ਹੈ ਹੂਜ਼ ਐਵਰ ਇਜ਼ ਦਾ ਐਕਚੁਅਲ ਬੈਨੀਫਿਸ਼ਰੀ DDPO ਇਜ਼ ਓਨਲੀ ਇੰਸਟਰੂਮੈਂਟ ਉਹਨੂੰ ਤਾਂ ਸਜ਼ਾ ਮਿਲੂਗੀ ਕਿ ਉਹਨੇ ਜੋ ਕੁਛ ਕੀਤਾ ਪਰ ਬੈਨੀਫਿਸ਼ਰੀ ਕਿਹੜੇ ਸੀ ਜਿਨ੍ਹਾਂ ਦੇ ਕਹਿਣ 'ਤੇ ਕੀਤਾ ਦੇ ਸ਼ੁੱਡ ਬੀ ਆਈਡੈਂਟੀਫਾਈਡ ਐਂਡ ਐਕਸਪੋਜ਼ਡ देखिए अमित शाह जी ने देश के गृह मंत्री ने बड़े विस्तार से वहां पे बताया कि ये वो दिल्ली का ये असेंबली आपने जो प्रोरोग की बात कर रहे हैं तो दिल्ली वाला सेशन आज तक प्रोरोग हुआ ही नहीं सब वो तो आज तक ही निर्विघ्न चले जा रहा है एक सिटिंग के लिए या दो सिटिंग बजट के लिए करने के लिए वो सारा सेशन है सारे साल खुला रहता है उसी परंपरा पे ये चल रहे हैं जैसे निर्विघ्न तरीके से वहां पे धज्जियां उड़ाई जा रही हैं संविधान की दिल्ली के अंदर वही काम यहां करने की कोशिश कर रहे हैं पंजाब के अंदर वहां पे अपने मंत्रियों को बचाने के लिए जब मेन रीजन जब माननीय गृह मंत्री का भाषण वहां पे सुन रहा था तो बिल्कुल उन्होंने जेडी सीधी गल आखी भी आ जेडी सब तो पहला काम जब सुप्रीम कोर्ट की डायरेक्शन आई सी इनिशियली भी आ अपना काम कर सकते उन्होंने सब तो पहला जेडे फाइल मंगाई सी एक्साइज घोटाले नू लैके दारू वाले घोटाले नू लैके दूजी फाइल मंगाई शीश महल नू लैके ਸੋ ਓਬਵੀਅਸਲੀ ਸਰਕਾਰ ਦੀ ਜਿਹੜੀ ਇੰਟੈਂਸ਼ਨ ਹੈ ਕਿਹੜੇ ਲੋਕਤੰਤਰ ਦੀ ਬਚਾਓ ਕਰ ਰਹੇ ਸੀ ਇਹਦਾ ਆਪਣੀ ਸੇਵਿੰਗ ਦੇਅਰ ਓਨ ਸਕਿਨ ਉਹਦਾ ਕਰ ਰਹੇ ਸੀ ਉਹਦੇ ਵਾਸਤੇ ਸਾਰਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਪ੍ਰਯਾਸ ਕਰ ਰਹੇ ਸੋ ਦੇ ਸਟੈਂਡ ਐਕਸਪੋਜ਼ ਆਫ ਹੁਣ ਪੰਜਾਬ ਵਾਲਾ ਮਸਲਾ ਜਿਹਾ ਆਈ ਥਿੰਕ ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ ਅਸੀਂ ਸਰਕਾਰ ਨੂੰ ਬਾਧਿਆ ਕਰਾਂਗੇ